हां जी ਤੇ ਸਾਬਨਾਂ ਨੂੰ ਪਹਿਲਾਂ ਮਾਫ਼ਰਤ ਵੀਡੀਓ ਲੇਟ ਅਪਲੋਡ ਕੀਤੀ ਗਈ ਹੈ ਉਹਦੇ ਲਈ ਸਾਬਨਾਂ ਨੂੰ ਪਹਿਲਾਂ ਮਾਫ਼ਰਤ ਵੀਡੀਓ ਇਸ ਲਈ ਲੇਟ ਹੋਈ ਕਿਉਂਕਿ ਕੁਝ ਐਸੀਆਂ ਨਿਊਜ਼ ਹਨ ਜਿਹੜੀਆਂ ਕਿ ਇੰਪੋਰਟੈਂਟ ਹਨ ਬਟ ਕਨਫਰਮ ਨਹੀਂ ਹਨ ਕਨਫਰਮ ਹੋ ਯਾਨੀ ਤੇ ਫੌਰੀ ਵੀਡੀਓ ਦੇ ਲਾਸਟ ਦੇ ਵਿੱਚ ਜਿਹੜੀਆਂ ਲਾਸਟ ਅਪਡੇਟ ਆਈਆਂ ਨੇ ਉਹ ਤੁਹਾਨੂੰ ਲੱਭਣ ਗਿਆ ਵੀਡੀਓ ਦੇ ਲਾਸਟ ਦੇ ਵਿੱਚ ਜਿਹੜੀ ਕਿ ਸਪੈਸ਼ਲ ਯੂਕੇ ਦੇ ਰਿਲੇਟਿਡ ਹੋਏਗੇ ਤੇ ਨਾਲ ਦੀ ਨਾਲ ਹੀ ਕੁਝ ਇੰਪੋਰਟੈਂਟ ਜਿਹੜੀਆਂ ਨਿਊਜ਼ ਆ ਰਸ਼ੀਆ ਦੇ ਰਿਲੇਟਿਡ ਹੋਣਗੀਆਂ ਉਹ ਤੁਹਾਨੂੰ ਐਂਡ ਦੇ ਨਾਲ ਦੱਸਾਂਗੇ ਅਸੀਂ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਦੇ ਉੱਤੇ ਤੁਹਾਡੇ ਸਾਰੇ ਵੀਰਾਂ ਭਰਾਵਾਂ ਵਾਗੀ ਕੋਈ ਰਿਕਵੈਸਟ ਹੈ ਕਿ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਿਓ ਲਾਸਟ ਵੀਡੀਓ ਜਿਹੜੀ ਅਪਲੋਡ ਕੀਤੀ ਸੀ ਜਿਹਦੇ ਚਿੱਤ ਮੈਂ ਤੁਹਾਨੂੰ ਦੱਸਿਆ ਸੀ ਕਿ ਫਲਾਈਟਾਂ ਦੇ ਬਾਰੇ ਵਿੱਚ ਅਸੀਂ ਇੱਕ ਵੀਡੀਓ ਸੈਪਰੇਟ ਤੇ ਡਿਟੇਲ ਦੇ ਨਾਲ ਇਸ ਚੈਨਲ ਦੇ ਉੱਤੇ ਅਪਲੋਡ ਕਰਾਂਗੇ ਤੇ ਜਿਹਦਾ ਜਿਹਦਾ ਕੋਈ ਵੀ ਸਵਾਲ ਹੈ ਕਿਸੇ ਵੀ ਕੰਟਰੀ ਦੇ ਰਿਲੇਟਿਡ ਹੈ ਫਲਾਈਟ ਦੇ ਰਿਲੇਟਿਡ ਜਾਣਨਾ ਚਾਹੁੰਦਾ ਹੈ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸਿਓ ਤੇ ਲਾਸਟ ਵੀਡੀਓ ਦੇ ਵਿੱਚੋਂ ਵੀ ਕੁਝ ਇੰਪੋਰਟੈਂਟ ਜਿਹੜੇ ਕਮੈਂਟ ਨੇ ਤੁਹਾਡੇ ਉਹ ਵੀ ਪੇਕ ਕੀਤੇ ਨੇ ਉਹਨਾਂ ਦਾ ਵੀ ਰਿਪਲਾਈ ਦੇਵਾਂਗਾ ਤੇ ਤੁਹਾਡੇ ਕੀ ਕੀ ਰਿਕੁਐਸਟ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਵੀਰ ਭਰਾ ਤੀਕਰਾਂ ਇਹ ਵੀਡੀਓ ਪਹੁੰਚ ਸਕੇ ਹਾਂਜੀ ਤੇ ਸਭ ਨਾਲੋਂ ਪਹਿਲਾਂ ਅਸੀਂ ਗੱਲ ਕਰਨੀ ਹੈ ਕੈਨੇਡਾ ਦੀ ਕੈਨੇਡਾ ਦੀ ਲਾਸਟ ਵੀਡੀਓ ਜੇ ਤੁਸੀਂ ਤੱਕੀਏ ਤਾਂ ਤੁਹਾਨੂੰ ਪਤਾ ਹੋਣਾ ਕੈਨੇਡਾ ਨੇ ਜਿਹੜੀ ਅਨਾਉਂਸਮੈਂਟ ਕੀਤੀ ਹੋ ਕਿ ਇਹ ਇੰਡੀਅਨ ਸਿਟੀਜ਼ਨਾਂ ਦੇ ਬਾਰੇ ਚ ਇੰਡੀਆ ਟੂ ਕੈਨੇਡਾ ਦੀ ਫਲਾਈਟਾਂ ਦੇ ਬਾਰੇ ਚ ਕੈਨੇਡਾ ਨੇ ਪਹਿਲੀ ਜਿਹੜੀ ਅਨਾਉਂਸਮੈਂਟ ਕੀਤੀ ਸੀ ਉਹ ਅਨਾਉਂਸਮੈਂਟ ਕੀਤੀ ਸੀ 3 ਜੂਨ ਤੱਕ 3 ਜੂਨ ਤੱਕ ਫਲਾਈਟਾਂ ਬੰਦ ਰਹਿਣਗੀਆਂ ਬਟ ਹੁਣ ਹਾਲਾਤ ਵੇਖ ਕੇ ਉਹਨਾਂ 1 ਮਹੀਨਾ ਹੋਰ ਅੱਗੇ ਘੜਾ ਜੜਿਆ ਯਾਨੀ ਕਿ 3 ਜੁਲਾਈ ਤੱਕ ਨੈਕਸਟ ਮੰਥ ਤੱਕ ਫਲਾਈਟਾਂ ਕੈਨੇਡਾ ਦੀਆਂ ਬੈਨ ਰਹਿਣਗੀਆਂ ਜਿਹੜਾ ਬੰਦਾ ਇੰਡੀਆ ਦੇ ਵਿੱਚ ਉਹ ਕੈਨੇਡਾ ਨਹੀਂ ਜਾ ਸਕਦਾ ਇੰਡੀਅਨ ਸਿਟੀਜ਼ਨ ਕੈਨੇਡਾ 3 ਜੁਲਾਈ ਤੱਕ ਹੁਣ ਨਹੀਂ ਜਾ ਸਕਦਾ ਦੂਸਰੇ ਨੰਬਰ ਤੇ ਅਸੀਂ ਗੱਲ ਕਰਨੇ ਆ ਇਟਲੀ ਦੀ ਇਟਲੀ स्पेन ਤੇ नॉर्वे ਇਹ ਤਿੰਨ ਜਿਹੜੀਆਂ ਕੰਟਰੀਆਂ ਨੇ ਇਹਨਾਂ ਦੀ ਆਲਮੋਸਟ ਜਿਹੜੀਆਂ ਆਪਣਾ ਫਲਾਈਟਾਂ ਦੀ ਅਪਡੇਟ ਨੇ ਉਹ ਬਿਲਕੁਲ ਸੇਮ ਨਹੀਂ ਆਲਮੋਸਟ ਕਾਫੀ ਜ਼ਿਆਦਾ ਨਿਊਜ਼ ਚੈਨਲ ਤੇ ਕੁਝ ਜਿਹੜੀਆਂ ਆਨਲਾਈਨ ਵੈਬਸਾਈਟਾਂ ਨੇ ਵੀ ਗੋ ਹੋ ਗਿਆ ਸਕਾਈ ਸਕੈਨਰ ਹੋ ਗਿਆ ਤੇ ਬਾਕੀ ਕਤਰ ਦੀ ਅਫੀਸ਼ੀਅਲ ਵੈਬਸਾਈਟ ਜਿਹੜੀ ਤੁਸੀਂ ਉਹਦੇ ਤੇ ਜਾ ਕੇ ਚੈੱਕ ਕਰਦੇ ਹੋ ਤੁਹਾਨੂੰ ਉਹ ਦੱਸੇਗਾ ਕਿ ਕੋਰੋਨਾ ਵਾਇਰਸ ਕਰਕੇ 22 ਜੁਲਾਈ 22 ਜੁਲਾਈ ਤੱਕ ਸਾਰੀਆਂ ਨੇ ਸਾਰੀਆਂ ਫਲਾਈਟਾਂ ਯੂਰਪ ਦੀਆਂ ਕੈਨਸਲ ਕੀਤੀਆਂ ਜਾਂਦੀਆਂ ਨੇ ਇੰਡੀਆ ਟੂ ਸਪੇਨ ਦੀਆਂ ਇਟਲੀ ਦੀਆਂ ਤੇ ਨਾਰਵੇ ਦੀਆਂ ਇਹ ਤਿੰਨ ਮੁਲਕ ਨੇ ਜਿਹੜਾ ਉਹਨਾਂ ਕੇ ਆਫੀਸ਼ਲ ਆਪਣੀ ਜਿਹੜੀ ਵੈਬਸਾਈਟ 71 ਦੀ ਉੱਥੇ ਉਹਨਾਂ ਆਖਿਆ ਵੇ ਅ ਦਿੱਲੀ ਤੋਂ ਵੀ ਤੁਹਾਨੂੰ ਕੋਈ ਫਲਾਈਟ ਨਹੀਂ ਲੱਭਣੀ ਨਾ ਐ ਡਾਇਰੈਕਟ ਤੇ ਨਾ ਹੀ ਵਾਇਆ ਤੇ ਨਾ ਹੀ ਤੁਹਾਨੂੰ ਮੁੰਬਈ ਤੋਂ ਫਲਾਈਟ ਲੱਭਣੀ ਐ ਨਾ ਐ ਡਾਇਰੈਕਟ ਤੇ ਨਾ ਹੀ ਵਾਇਆ ਕਿਉਂਕਿ ਮੇਨਲੀ ਅਜੇ ਰਿਵੜ এয়ারਪੋਰਟ ਨੇ ਉਹ ਇਹੋ ਹੀ ਨੇ ਦੋ ਜਿੰਨਾ ਤੋਂ ਜ਼ਿਆਦਾਤਰ ਜਿਹੜੀਆਂ ਫਲਾਈਟਾਂ ਨੇ ਉਹ ਯੂਰਪ ਵੱਲ ਜਾਂਦੀਆਂ ਨੇ ਇੰਡੀਆ ਤੋਂ ਉਸ ਤੋਂ ਬਾਅਦ ਅਸੀਂ ਗੱਲ ਕਰਨੀਆਂ ਬਾਕੀ ਯੂਰਪ ਦੇ ਜਿਹੜੇ ਮੁਲਕ ਨੇ ਜਿਵੇਂ ਕਿ ਗ੍ਰੀਸ, ਪੁਰਤਕਾਲ ਤੇ ਜਰਮਨੀ ਇਹ ਬਾਕੀ ਜਿੰਨੇ ਵੀ ਹੋਰ ਕੰਟਰੀਆਂ ਸਵਿਟਜ਼ਰਲੈਂਡ, ਪੋਲੈਂਡ, ਲਥੇਵੀਆ, ਲਤਵਾਨੀਆਂ ਇਹਨਾਂ ਕੰਟਰੀਆਂ ਦੇ ਜਿਹੜੀਆਂ ਫਲਾਈਟਾਂ ਨੇ ਉਹ ਵੀ ਆਲਮੋਸਟ ਜਿਹੜੀਆਂ ਨਿਊਜ਼ ਨਾਲ ਤੇ ਬਾਕੀ ਜਿਹੜੀਆਂ ਅਪਡੇਟਾਂ ਨੇ ਤਕਰੀਬਨ ਰਾਲਦੀਆਂ ਮਿਲਦੀਆਂ ਹੀ ਨੇ ਕਾਫੀ ਜ਼ਿਆਦਾ ਰਿਪੋਰਟ ਦੇ ਮੁਤਾਬਕ ਇਹ ਗੱਲ ਸੁਣਨ ਲਈ ਲੱਭੀ ਏ ਕਿ ਜੁਲਾਈ ਦਾ ਮਹੀਨਾ ਜਿਹੜਾ ਉਹ ਇਸੇ ਤਰ੍ਹਾਂ ਹੀ ਲੰਗੇਗਾ ਫਲਾਈਟਾਂ ਬਹੁਤ ਘੱਟ ਚਾਂਸ ਨੇ ਕਿ ਓਪਨ ਹੋਣੀਆਂ ਤੇ ਯੂਰਪ ਦੀਆਂ ਜਿਹੜੀਆਂ ਫਲਾਈਟਾਂ ਨੇ ਜੇ ਕੋਈ ਬੰਦਾ ਯੂਰਪ ਜਾਣਾ ਚਾਹੁੰਦਾ ਤੇ ਤਕਰੀਬਨ ਜੁਲਾਈ ਦੇ ਵਿੱਚ ਮੁਸ਼ਕਲ ਹੋਣਾ ਜਾਣ ਲੱਗਿਆ ਠੀਕ ਹੈ ਕਿ ਇਹ ਭਰਾ ਦਾ ਸੀਜ਼ਨਲ ਵੀਜ਼ਾ ਜਾਂ ਫਿਰ ਕਿਸੇ ਵੀ ਕੈਟਾਗਰੀ ਦਾ ਵੀਜ਼ਾ ਉਹ ਇਟਲੀ ਜਾਣਾ ਚਾਹੁੰਦਾ ਜਾਂ ਯੂਰਪ ਤੇ ਕਿਸੇ ਵੀ ਮੁਲਕ ਜਾਣਾ ਚਾਹੁੰਦਾ ਹੈ ਜੁਲਾਈ ਦਾ ਮਹੀਨਾ ਜਿਹੜਾ ਉਹਨੂੰ ਇੰਡੀਆ ਦੇ ਵਿੱਚ ਹੀ ਰਹਿਣਾ ਪਏਗਾ। ਸੌਰਵ ਦਾ ਇੱਕ ਹੋਰ ਮੁੱਲਾ ਕਿ ਫਰਾਂਸ ਫਰਾਂਸ ਤੇ ਮੈਂ ਕਿਹਾ ਡਿਟੇਲ ਦੀ ਵੀਡੀਓ ਬਣਾਈ ਜੂ ਤੇ ਮੈਂ ਸਾਰੇ ਦੇ ਸਾਰੇ ਤੁਹਾਨੂੰ ਮੇਨ ਪੁਆਇੰਟ ਦੱਸੇ ਸਨ ਕਿ ਦੇ ਕਰਕੇ ਫਲਾਈਟਾਂ ਓਪਨ ਕੀਤੀਆਂ ਗਈਆਂ ਨੇ ਤੇ ਕਿੰਨੀ ਦੇਰ ਤੱਕ ਚਾਂਸ ਨੇ ਕਿ ਫਲਾਈਟਾਂ ਕਲੀਅਰ ਨਾਰਮਲੀ ਓਪਨ ਹੋਈਆਂ ਗਈਆਂ ਜੇ ਤੁਸੀਂ ਨਹੀਂ ਤੇ ਕੀ ਵੀਡੀਓ ਤੇ ਟੀਚਵੀ ਦਾ ਪੰਜਾਬੀ ਚੈਨਲ ਤੇ ਜਾ ਕੇ ਫਰਾਂਸ ਵਾਲੀ ਵੀਡੀਓ ਜ਼ਰੂਰ ਤੱਕੋ ਤੇ ਮੈਂ ਸਾਰੀ ਦੀ ਸਾਰੀ ਡਿਟੇਲ ਤੁਹਾਨੂੰ ਦੱਸੀਏ ਫਰਾਂਸ ਦੀਆਂ ਫਲਾਈਟਾਂ ਕਿਦੂ ਓਪਨ ਹੋਣੀਆਂ ਨੇ ਤੇ ਇੰਡੀਆ ਟੂ ਫਰਾਂਸ ਤੁਸੀਂ ਕਿੰਨੀ ਦੇਰ ਤੱਕ ਜਾ ਸਕਦੇ ਹੋ ਦਿੱਲੀ ਤੋਂ ਕਿਦੋਂ ਪੈਰਿਸ ਦੀਆਂ ਫਲੈਟਾਂ ਜਿਹੜੀਆਂ ਨੇ ਓਪਨ ਹੋਣੀਆਂ ਸਾਰੀ ਦੀ ਸਾਰੀ ਡਿਟੇਲ ਜਿਹੜੀ ਤੁਹਾਨੂੰ ਫਰਾਂਸ ਵਾਲੀ ਵੀਡੀਓ ਦੇ ਵਿੱਚ ਲੱਭ ਜੇਗੀ ਬਾਕੀ ਇੰਡੀਆ ਟੂ ਅਸੀਂ ਗੱਲ ਕਰਨੀਆਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੀ ਤੇ ਉਹ ਵੀ ਫਲੈਟਾਂ ਟੋਟਲੀ ਬੰਦ ਨੇ ਬਹੁਤ ਹੀ ਸਟ੍ਰਿਕਟ ਉਹਨਾਂ ਆਪਣਾ ਜਿਹੜੀ ਪਾਬੰਦੀਆਂ ਲਾਈਆਂ ਨੇ ਇੰਡੀਅਨ ਸਿਟੀਜ਼ਨ ਤੇ ਉੱਤੇ ਹਾਲਾਂਕਿ ਜੇ ਕੋ ਬੰਦਾ ਐਮਰਜੈਂਸੀ ਦੇ ਤੌਰ ਤੇ ਆ ਪੁਰਤਗਾਲ ਜਾਂ ਸਪੇਨ ਜਾਣਾ ਚਾਹੁੰਦਾ ਤੇ ਉਹ ਵਾਇਆ ਆ ਕਿਸੇ ਵੀ ਕੰਟਰੀ ਦਾ I like 터ਕੀ ਤੁਸੀਂ ਕੁਆਰੰਟਾਈਨ ਕਰਦੇ ਹੋ ਜਾਂ ਕਟਰ ਕੁਆਰੰਟਾਈਨ ਕਰਦੇ ਹੋ ਤੁਸੀਂ ਉੱਥੇ ਜਾ ਸਕਦੇ ਹੋ ਯੂਰਪ ਦੇ ਵਿੱਚ ਬਟ ਆਸਟ੍ਰੇਲੀਆ ਨੇ ਇਹ ਵੀ ਆਪਸ਼ਨ ਨਹੀਂ ਰੱਖਿਆ ਨਾ ਤੁਸੀਂ ਇੰਡੋਨੇਸ਼ੀਆ ਸਟੇ ਕਰ ਸਕਦੇ ਹੋ ਉਹਨਾਂ ਆਖਿਆ ਕਿ ਇੰਡੀਅਨ ਸਿਟੀਜ਼ਨ ਜੇਰੀ ਨੇ ਉਹਨਾਂ ਤੇ ਆਲਮੋਸਟ ਪਾਬੰਦੀ ਲਾਈ ਹੈ ਕਿਦੂ ਪਾਬੰਦੀ ਚੁੱਕੀ ਜਾਏਗੀ ਇਹਨਾਂ ਦੀ ਗਵਰਨਮੈਂਟ ਨੇ ਇਹ ਕੋਈ ਵੀ ਐਲਾਨ ਨਹੀਂ ਕੀਤਾ ਜਿਸ ਨੂੰ ਵੀ ਆਸਟ੍ਰੇਲੀਆ ਦੀ ਗਵਰਨਮੈਂਟ ਫਲਾਈਟਾਂ ਬਾਰੇ ਤੇ ਇੰਡੀਅਨ ਸਿਟੀਜ਼ਨਾਂ ਬਾਰੇ ਕੋਈ ਵੀ ਅਨਾਉਂਸਮੈਂਟ ਕਰੇਗੀ ਤੇ ਮੈਂ ਇਸ ਚੈਨਲ ਉਤੇ ਤੁਹਾਨੂੰ ਦੱਸ ਦਿਆਂਗਾ ਤੁਹਾਡੇ ਗੇ ਸਿਰਫ ਇੱਕੋ ਹੀ ਰਿਕਵੈਸਟ ਹੁੰਦੀ ਏ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਇੱਕ ਬੈਲ ਆਈਕਨ ਉਹਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਜਿਹਦਾ ਕਾ ਫਾਇਦਾ ਤੁਹਾਨੂੰ ਇਹ ਹੈਗਾ ਕਿ ਜਦੋਂ ਵੀ ਮੈਂ ਕਿਸੇ ਵੀ ਕੰਟਰੀ ਦੇ ਰਿਲੇਟਿਡ ਫਲਾਈਟਾਂ ਦੇ ਰਿਲੇਟਿਡ ਵਰਕ ਵੀਜ਼ਿਆਂ ਦੇ ਰਿਲੇਟਿਡ ਵੀਡੀਓ ਅਪਲੋਡ ਕਰਾਂਗਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਲੱਗ ਜਾਏਗਾ ਹਾਂਜੀ ਤੇ ਲਾਸਟ ਤੇ ਅਸੀਂ ਗੱਲ ਕਰਨੀਆਂ ਕੁਝ ਗੁੱਡ ਨਿਊਜ਼ਾਂ ਜਿਹੜੀਆਂ ਆਈਆਂ ਸੰ ਜਿਨ੍ਹਾਂ ਵਾਸਤੇ ਵੀਡੀਓ ਲੇਟ ਹੋਈ ਏ ਸਭ ਨਾਲੋਂ ਪਹਿਲੀ ਤੇ ਜਿਹੜੀ ਨਿਊਜ਼ ਹੋਵੇ ਯੂਕੇ ਤੋਂ ਯੂਕੇ ਤੋਂ ਕਿਉਂਕਿ ਜਿਹੜੀ ਕਨਫਰਮ ਰਿਪੋਰਟ ਨਹੀਂ ਸੀ ਹੈ ਕਿਉਂਕਿ ਅਨਾਉਂਸਮੈਂਟ ਕਰ ਦਿੱਤੀ ਗਈ ਸੀ ਉਹਨਾਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਬੋਰਨ ਜான்ਸਨ ਉਹਦੀ ਅਨਾਉਂਸਮੈਂਟ ਤਾਂ ਕਰ ਦਿੱਤੀ ਗਈ ਹੈ ਬਟ ਕਨਫਰਮ ਨਹੀਂ ਸੀ ਹੈ ਕਿ ਉਹ ਜਿਹੜੀ ਅਨਾਉਂਸਮੈਂਟ ਹੈ ਉਹਦੇ ਵਿੱਚ ਕਿਰੇ ਕਿਰੇ ਕੰਟਰੀ ਨੇ ਅਗੇਨ ਜਿਹੜੀ ਉਹਨਾਂ ਰੈਡ ਲਿਸਟ ਕੱਢੀ ਹੈ ਉਹਨਾਂ ਜਾਰੀ ਤੇ ਨਹੀਂ ਕੀਤੀ ਆ ਬਟ ਵੇਖੋ ਜਿੰਨੀ ਦੇ ਤੱਕ ਵੀਡੀਓ ਅਪਲੋਡ ਕੀਤੀ ਜਾਂਦੀ ਉਹਨੀਆਂ ਦੀ 80% ਜੇ ਤੇ ਲਿਸਟ ਇਸ਼ੂ ਕਰ ਛੇਰੀ ਤਾਂ ਫਿਰ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਲੱਭ ਜਾਏਗਾ ਤੁਸੀਂ ਚੈੱਕ ਕਰ ਲਿਓ ਤੇ ਆਪਣੇ ਕੰਟਰੀ ਦੀ ਲਿਸਟ ਵੇਖ ਲਿਓ ਕਿ ਤੁਸੀਂ ਜਿਸ ਕੰਟਰੀ ਦੇ ਵਿੱਚ ਰਹਿਣ ਦਿਓ ਕੰਟਰੀ ਕਾ ਆਪਣਾ ਯੂਕੇ ਅਲੋ ਕਰਦਾ ਜਾਂ ਨਹੀਂ ਕਰਦਾ ਫਿਰ ਹਾਲਜਿਹੜੀ ਅਨਾਉਂਸਮੈਂਟ ਤੇ ਉਹਨਾਂ ਜਿਹੜੀ ਆਪਣਾ ਲਿਸਟ ਜਿਹੜੀ ਕੱਢੀ ਏ ਜਿਹਦੇ ਮੁਤਾਬਕ ਤਕਰੀਬਨ 36 ਮੁਲਕ ਨੇ ਜਿਹੜੇ ਕਿ ਯੂਕੇ ਦੇ ਵਿੱਚ ਫਲਾਈਟਾਂ ਨਹੀਂ ਲੈ ਕੇ ਜਾ ਸਕਦੇ ਉਹਨਾਂ ਦੇ ਸਿਟੀਜ਼ਨ ਨੂੰ ਐਂਟਰੀ ਨਹੀਂ ਲੱਭੇਗੀ ਯੂਕੇ ਦੇ ਵਿੱਚ ਆ ਸੈਂਟਰ ਅਮਰੀਕਾ ਦੇ ਕੰਟਰੀ ਨੇ ਬ੍ਰਾਜ਼ੀਲ ਅਰਜنٹინა ਨੇ ਬਾਕੀ ਅਫਰੀਕਾ ਦੇ ਕਾਫੀ ਜ਼ਿਆਦਾ ਕੰਟਰੀ ਨੇ ਬਾਕੀ ਥੱਲੇ ਜਿਹੜੀਆਂ ਲਿਸਟਰ ਨੂੰ ਕਨਫਰਮ ਨਹੀਂ ਆ ਹੈ ਬਟ ਇਹ ਲਿਸਟ ਵੇਖਿਆ ਜਾਣ ਤੇ ਤਕਰੀਬਨ ਉਹਨਾਂ ਆਖਿਆ ਕਿ 17 ਜੁਲਾਈ ਤੱਕ ਇਹਨਾਂ ਤੇ ਬੈਨ ਰਹੇਗਾ ਤੇ ਜੇ ਇਹਦਾ ਮਤਲਬ ਹੈ ਕਿ 17 ਜੁਲਾਈ ਦੇ ਵਿੱਚ ਇੰਡੀਆ ਵੀ ਹੋਇਆ ਤੇ ਫਿਰ 17 ਜੁਲਾਈ ਤੋਂ ਬਾਅਦ ਤੁਸੀਂ ਯੂਕੇ ਜਾ ਸਕਦੇ ਹੋ ਆ ਇੰਡੀਅਨ ਸਿਟੀਜ਼ਨ ਜੇ ਇੰਡੀਆ ਦੇ ਵਿੱਚ ਰਹਿਣ ਦੇ ਨੇ ਤੇ ਉਹ ਯੂਕੇ 17 ਜੁਲਾਈ ਤੋਂ ਬਾਅਦ ਜਾ ਸਕਦੇ ਨੇ ਫਲਾਈਟਾਂ ਓਪਨ ਹੋਣਗੀਆਂ ਲਾਸਟ ਦੇ ਅਸੀਂ ਗੱਲ ਕਰਨੇ ਆ ਰਸ਼ੀਆ ਦੀ ਰਸ਼ੀਆ ਦੀ ਜੁਰੀ ਸਭ ਨਾਲੋਂ ਵੱਡੀ ਗੱਡੂ ਨਿਊਜ਼ ਹੈ ਇਹ ਕਿ ਰਸ਼ੀਆ ਨੇ ਕਹਿ ਜੀ ਤੁਸੀਂ ਫੁੱਟਬਾਲ ਮੈਚ ਵੇਖਣ ਰਸ਼ੀਆ ਆਉਂਦੇ ਹੋ ਤਾਂ ਤੁਸੀਂ ਆ ਸਕਦੇ ਹੋ ਤੁਸੀਂ ਫਲਾਈਟ ਵੀ ਲੈ ਕੇ ਆ ਸਕਦੇ ਹੋ ਤੁਹਾਨੂੰ ਸਿਰਫ 4 ਦਿਨ ਕੁਆਰੰਟਾਈਨ ਕਰਨਾ ਪਏਗਾ ਰਸ਼ੀਆ ਆ ਕੇ ਤੁਸੀਂ ਡਾਇਰੈਕਟ ਹੁੰਦੇ ਹੋ ਜਾਂ ਵਾਇਆ ਪੈ ਕੇ ਹੁੰਦੇ ਹੋ ਤੁਸੀਂ ਆ ਸਕਦੇ ਹੋ ਇੰਡੀਆ ਤੋਂ ਵੀ ਤੁਹਾਨੂੰ ਫਲਾਈਟ ਲੱਗ ਜੇਗੀ ਜੇ ਤੁਸੀਂ ਇੰਡੀਆ ਤੋਂ ਅਲਾਵਾ ਤੁਸੀਂ ਤਰਕੀ ਦੇ ਵਿੱਚ ਹੋ ਜਾਂ ਫਿਰ ਦੁਬਈ ਦੇ ਵਿੱਚ ਹੋ ਕਤਰ ਦੇ ਵਿੱਚ ਹੋ ਜਾਂ ਕਿਸੇ ਵੀ ਹੋਰ ਦੁਨੀਆ ਦੇ ਕੰਟਰੀ ਚ ਤੁਹਾਨੂੰ ਫਲਾਈਟ ਲੱਭਦੀ ਹੈ ਤੇ ਤੁਹਾਨੂੰ ਰਸ਼ੀਆ ਨੂੰ ਕੋਈ ਵੀ ਬੰਦੀ ਨਹੀਂ कि ਤੁਹਾਨੂੰ इजीली ਆ ਐਂਟਰੀ ਲੱਭ ਜੇਗੀ ਰਸ਼ੀਆ ਦੇ 에어ਪੋਰਟ ਦੇ ਉੱਤੇ ਹਾਂਜੀ ਤੇ ਲਾਸਟ ਤੇ ਅਸੀਂ ਗੱਲ ਕਰਨੀ ਆ ਤੁਹਾਡੇ ਜਿਹੜੇ ਕਮੈਂਟ ਕੀਤੇ ਗਏ ਸਨ ਕਿਉਂਕਿ ਕਾਫੀ ਜ਼ਿਆਦਾ ਭਰਾਵਾਂ ਨੇ ਵਕ ਵਕ ਸਿਟੀਜ਼ ਦੇ ਬਾਰੇ ਵਿੱਚ ਵਕ ਵਕ ਕੰਟਰੀ ਦੇ ਬਾਰੇ ਵਿੱਚ ਸਵਾਲ ਪੁੱਛੇ ਸਨ ਕਿ ਫਲਾਈਟਾਂ ਬਾਰੇ ਦੱਸੋ ਸਭ ਨੇ ਬਹੁਤ ਜਿਹੜੇ ਸਵਾਲ ਪੁੱਛੇ ਗਏ ਸਨ ਉਹ ਇਟਲੀ ਦੇ ਬਾਰੇ ਵਿੱਚ ਪੁੱਛੇ ਗਏ ਹਨ ਇਟਲੀ ਮੈਂ ਤੁਹਾਨੂੰ ਦੱਸ ਰਿਹਾ ਕਿ ਜੁਲਾਈ ਦਾ ਮਹੀਨਾ ਵੀ ਇਸੇ ਤਰ੍ਹਾਂ ਰਹੇਗਾ ਤੁਸੀਂ ਇੰਡੀਆ ਤੋਂ ਇਟਲੀ ਜੁਲਾਈ ਦਾ ਮਹੀਨਾ ਬਹੁਤ ਮੁਸ਼ਕਲ ਹੈ ਕਿ ਤੁਸੀਂ ਜਾ ਸਕੋ ਉਸ ਤੋਂ ਬਾਅਦ ਆ ਦੂਸਰਾ ਜਿਹੜਾ ਸਵਾਲ ਪੁੱਛਿਆ ਗਿਆ ਸੀ ਯੂਕੇ ਬਾਰੇ ਪੁੱਛਿਆ ਗਿਆ ਸੀ ਉਹ ਮੈਂ ਤੁਹਾਨੂੰ ਡਿਟੇਲ ਨਾਲ ਦੱਸ ਚੁੱਕਿਆ ਆ ਰਸ਼ੀਆ ਬਾਰੇ ਪੁੱਛਿਆ ਗਿਆ ਸੀ ਜਿਹੜਾ ਕਿ ਵੀਜ਼ਾ ਫ੍ਰੀ ਐਂਟਰੀ ਦੇ ਬਾਰੇ ਚ ਫੁੱਟਬਾਲ ਦਾ ਕੇ ਮੈਚ ਵੇਖਣ ਜਾਣਾ ਤਾਂ ਦਾ ਕੀ ਪ੍ਰੋਸੀਜਰ ਹੈ ਉਹਦੇ ਬਾਰੇ ਚ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਵਾ ਲਾਸਟ ਵੀਡੀਓ ਦੇ ਵਿੱਚ ਜੇ ਤੁਸੀਂ ਨਹੀਂ ਵੇਖੀ ਤੇ ਜਾ ਕੇ ਵੇਖ ਸਕਦੇ ਹੋ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਰਸ਼ੀਆ ਵੀਜ਼ਾ ਫ੍ਰੀ ਕਿਵੇਂ ਜਾ ਸਕਦੇ ਨੇ ਇੰਡੀਆਨ ਜਾਂ ਪਾਕਿਸਤਾਨੀ ਕਿਵੇਂ ਜਾ ਸਕਦੇ ਨੇ ਕਿਵੇਂ ਫਲਾਈਟ ਲੈ ਸਕਦੇ ਨੇ ਸਾਰੀ ਦੀ ਸਾਰੀ ਡਿਟੇਲ ਦੇ ਨਾਲ ਤੁਹਾਨੂੰ ਵੀਡੀਓ ਲੱਭ ਜੇਗੀ ਉਸ ਤੋਂ ਬਾਅਦ ਭਰਾਵਾਂ ਨੇ ਇਸ ਵਾਰ ਪੁੱਛਿਆ ਸੀ ਐਮਬੈਸੀ ਦੇ ਰਿਲੇਟਡ ਤੇ ਉਹਦਾ ਇੱਕ ਅਲੱਗਾ ਟਾਪਿਕ ਹੋ ਮੈਂ ਫੇਰ ਕਰ ਦੇ ਜਦੋਂ ਫ੍ਰੀ ਹੋਵਾਂਗਾ ਤੇ ਉਹਦੇ ਇੱਕ ਸੈਪਰੇਟ ਵੀਡੀਓ ਬਣਾ ਦਿਆਂਗਾ ਇਨਫੋਰਮੇਸ਼ਨ ਲੈ ਕੇ ਭਰਾਵਾਂ ਦੇ ਕੋਲ ਬਾਹਰ ਹਾਲ ਜੀ ਤੁਸੀਂ ਇੰਡੀਆ ਦੇ ਵਿੱਚੋ ਇਸ ਟਾਈਮ ਤੇ ਬਹੁਤ ਘੱਟ ਐਸੇ ਕੰਟਰੀ ਨੇ ਜਿੰਨਾ ਤੁਸੀਂ ਜਾ ਸਕਦੇ ਹੋ ਪਹਿਲੇ ਨੰਬਰ ਤੇ ਰਸ਼ੀਆ ਰਸ਼ੀਆ ਤੋਂ ਤੁਸੀਂ ਜਾ ਸਕਦੇ ਹੋ ਦੂਸਰੇ ਨੰਬਰ ਤੇ ਰਸ਼ੀਆ ਤੋਂ ਤੁਸੀਂ ਅਜ਼ਰਬਾਈਜਾਨ ਜਾ ਸਕਦੇ ਹੋ ਕਿਉਂਕਿ ਉੱਥੇ ਵੀ ਮੈਚ ਹੈ ਨੇ ਬੈਲਾਰੂਸ ਜਾ ਸਕਦੇ ਹੋ ਉੱਥੇ ਵੀ ਮੈਚ ਹੈ ਨੇ ਯੂਕਰੇਨ ਜਾ ਸਕਦੇ ਹੋ ਉੱਥੇ ਵੀ ਮੈਚ ਹੈ ਨੇ ਕਹਿਣ ਦੀ ਗੱਲ ਇਹ ਵੇ ਕਿ ਜ਼ਿਆਦਾਤਰ ਜਿਹੜੀਆਂ ਕੰਟਰੀਆਂ ਨੇ ਉਹ ਤਾਂ ਹੀ ਓਪਨ ਨੇ ਜਿਹੜੀਆਂ ਓਪਨ ਨੇ ਕੰਟਰੀਆਂ ਉਹ ਫੁੱਟਬਾਲ ਮੈਚ ਕਰਕੇ ਕਿਉਂਕਿ ਯੂਰੋ ਕੱਪ ਹੋਣਿਆ ਤੇ ਕਾਫੀ ਜ਼ਿਆਦਾ ਟੂਰਿਸਟ ਜਿਹਰੇ ਨੇ ਉਹ ਯੂਰੋ ਕੱਪ ਵੇਖਣ ਵਾਸਤੇ ਦੁਨੀਆ ਤੋਂ ਵੱਖ-ਵੱਖ ਕੰਟਰੀ ਤੋਂ ਆਉਂਦੇ ਨੇ ਯੂਰੋ ਕੱਪ ਜਿਹੜਾ ਪੂਰੇ ਦੇ ਪੂਰੇ ਯੂਰਪ ਦੇ ਵਿੱਚ ਹੋਣਿਆ ਹੈ ਜਰਮਨੀ ਦੇ ਵਿੱਚ ਮੈਚ ਨਹੀਂ ਉਹਦੇ ਪੁਰਤਕਾਲ ਦੇ ਵਿੱਚ ਨੇ ਸਪੇਨ ਦੇ ਵਿੱਚ ਨੇ ਰਸ਼ੀਆ ਦੇ ਵਿੱਚ ਨੇ ਬੈਲਾਰੂਸ ਦੇ ਵਿੱਚ ਨੇ ਰូមਾਨੀਆ ਦੇ ਵਿੱਚ ਨੇ ਤੁਸੀਂ ਜਿਸ ਕੰਟਰੀ ਵੀ ਆਪਣਾ ਮੈਚ ਵੇਖਣ ਜਾਣਾ ਚਾਹੁੰਦੇ ਤੁਹਾਡੇ ਕੋਲ ਟਿਕਟਾਂ ਹੈ ਨਹੀਂ ਤੇ ਤੁਸੀਂ ਫਲਾਈਟ ਲੈ ਕੇ ਜਾ ਸਕਦੇ ਹੋ ਤੁਹਾਨੂੰ ਉਹ ਕੰਟਰੀ ਜਿਸ ਕੰਟਰੀ ਤੁਸੀਂ ਜਾਣਾ ਹੈ ਤੁਹਾਨੂੰ ਕਿਸੇ ਕਿਸਮ ਦੀ ਵੀ ਬੈਨ ਨਹੀਂ ਲਾਏਗਾ ਤੁਹਾਨੂੰ ਡਿਪੋਰਟ ਨਹੀਂ ਕਰੇਗਾ ਤੁਹਾਨੂੰ ਐਂਟਰੀ ਸੌਖੀ ਲੱਭੇਗੀ ਤੇ ਮੇਰਾ ਵੀਰ ਜਿਸ ਕੰਟਰੀ ਵੀ ਤੁਸੀਂ ਜਾਣਾ ਹੈ ਉਧਰ ਰਿਲੇਟਡ ਪਹਿਲਾਂ ਚੰਗੀ ਤਰ੍ਹਾਂ ਇਨਫੋਰਮੇਸ਼ਨ ਲਿ ਲਿਓ ਕਿ ਇੰਡੀਅਨ ਸਿਟੀਜ਼ਨ ਨੂੰ ਅਲੋ ਕਰਦੀ ਏ ਕੰਟਰੀ ਜਾਂ ਨਹੀਂ ਕਰਦੀ ਹੈ ਕਿਉਂਕਿ ਇਹ ਨਾਲ ਤੁਸੀਂ ਟਿਕਟ ਬੁੱਕ ਕਰਾ ਲਓ ਤੁਹਾਨੂੰ ਅੱਗੇ 에ਰਪੋਰਟ ਦੇ ਉੱਤੇ ਐਂਟਰੀ ਨਾ ਲੱਭੇ ਤੇ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਹੀ ਤੁਸੀਂ ਆਹ ਇੱਕ ਕਦਮ ਚੁੱਕਿਓ ਕਿਉਂਕਿ ਕੋਰੋਨਾ ਵਾਇਰਸ ਕਰਕੇ ਜ਼ਿਆਦਾਤਰ ਕੰਟਰੀਆਂ ਨੇ ਇੰਡੀਅਨ ਸਿਟੀਜ਼ਨ ਨੂੰ ਬੈਨ ਕੀਤਾ ਹੋਵੇ ਕਿ ਉਹ ਇੰਡੀਅਨ ਸਿਟੀਜ਼ਨ ਕੰਟਰੀ ਦੇ ਵਿੱਚ ਐਂਟਰੀ ਨਹੀਂ ਲੈ ਸਕਦੇ ਤੇ ਜੇ ਕੋ ਮੇਰਾ ਭਰਾ ਕਿਸੇ ਵੀ ਕੰਟਰੀ ਦੇ ਬਾਰੇ ਜਾਣਨਾ ਚਾਹਦਾ ਤੇ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਉੱਤੇ ਜਾ ਕੇ ਤੇ ਚੈੱਕ ਕਰ ਸਕਦਾ ਹੈ ਸਾਰੀ ਦੀ ਸਾਰੀ ਇਨਫਰਮੇਸ਼ਨ ਜਿਹੜੀ ਹਰ ਕੰਟਰੀ ਦੀ ਵੈਬਸਾਈਟ ਦੇ ਉੱਤੇ ਮੌਜੂਦ ਹੁੰਦੀ ਹੈ ਤੁਸੀਂ ਜਾ ਕੇ ਤੇ ਚੈੱਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿੰਨਾ ਪ੍ਰਾਮਾਨੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਨਾਲ ਦੇ ਬੈਲ ਦਾ ਆਈਕਨ ਨੂੰ ਪ੍ਰੈਸ ਕੀਤਾ ਤੁਹਾਨੂੰ ਅਗੇ ਰਿਕਵੈਸਟ ਹੈ ਕਿ ਬੈਲ ਦਾ ਆਈਕਨ ਨੂੰ ਜ਼ਰੂਰ ਪ੍ਰੈਸ ਕਰਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਮਿਲਦੀਆਂ ਤੁਹਾਨੂੰ ਨੈਕਸਟ ਵੀਡੀਓ ਤੇ ਉਦੋਂ ਤੱਕ ਰੱਬ ਰੱਖਾ